ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਦੇ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ, ਜਦਕਿ ਜੰਮੂ ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਦੇ ਲਈ 3 ਫੇਜ਼ਿਸ ਦੇ ਵਿੱਚ ਵੋਟਾਂ ਪੈਣੀਆਂ ਨੇ, 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ, ਜਦਕਿ ਨਤੀਜੇ 4 ਅਕਤੂਬਰ ਨੂੰ ਆਉਣਗੇ। ਤਾਂ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਲਈ ਵਿਧਾਨ ਸਭਾ ਚੋਣਾਂ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਨੇ ਜਿਸ ਦੇ ਲਈ ਹੁਣ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 4 ਅਕਤੂਬਰ ਨੂੰ ਆਉਣਗੇ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ ਦੀਆਂ ਵੀ 90 ਸੀਟਾਂ ਨੇ ਜਿੱਥੇ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਅਤੇ 4 ਅਕਤੂਬਰ ਨੂੰ ਨਤੀਜਾ ਆਵੇਗਾ। ਦੱਸ ਦਈਏ ਕਿ ਹਰਿਆਣਾ ਦੀਆਂ 90 ਸੀਟਾਂ ਦੇ ਵਿੱਚੋਂ 73 ਸੀਟਾਂ ਜਰਨਲ ਨੇ, 17 ਸੀਟਾਂ ਰਿਜ਼ਰਵ ਨੇ ਅਤੇ ਇਸ ਦੇ ਨਾਲ ਹੀ ਹਰਿਆਣਾ ਦੀ ਫਾਈਨਲ ਵੋਟਰ ਲਿਸਟ 27 ਅਗਸਤ ਨੂੰ ਫਾਈਨਲ ਕਰ ਦਿੱਤੀ ਜਾਵੇਗੀ। ਹਰਿਆਣਾ ਦੇ ਵਿੱਚ 2 ਕਰੋੜ ਤੋਂ ਜ਼ਿਆਦਾ ਵੋਟਰ ਨੇ ਅਤੇ 20,629 ਪੋਲਿੰਗ ਬੂਥ ਬਣਾਏ ਜਾਣਗੇ, 150 ਮਾਡਲ ਪੋਲਿੰਗ ਬੂਥ ਹੋਣਗੇ। ਇਸ ਸੰਬੰਧੀ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉੱਧਰ ਜੰਮੂ ਕਸ਼ਮੀਰ ਦੇ ਵਿੱਚ ਦੱਸ ਦਈਏ ਕਿ ਧਾਰਾ 370 ਹਟਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇਲੈਕਸ਼ਨ ਹੋਣ ਜਾ ਰਹੀ ਹੈ ਵਿਧਾਨ ਸਭਾ ਦੀ ਅਤੇ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ 6 ਸਾਲ ਦਾ ਸਰਕਾਰ ਦਾ ਕਾਰਜਕਾਲ ਹੁੰਦਾ ਸੀ ਅਤੇ ਹੁਣ ਇਹ ਕਾਰਜਕਾਲ 5 ਸਾਲ ਦਾ ਹੀ ਹੋਵੇਗਾ। ਇਹ ਵੀ ਦੱਸ ਦਈਏ ਕਿ ਜੰਮੂ ਕਸ਼ਮੀਰ ਯੂਨੀਅਨ ਟੈਰੇਟਰੀ ਹੈ ਅਤੇ ਯੂਨੀਅਨ ਟੈਰੇਟਰੀ ਬਣਨ ਤੋਂ ਬਾਅਦ ਹੁਣ ਪਹਿਲੀ ਵਾਰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਨੇ, 90 ਸੀਟਾਂ 'ਤੇ ਮਤਦਾਨ ਹੋਣਾ ਹੈ। ਅਤੇ ਉੱਧਰ ਹਰਿਆਣਾ ਦੇ ਵਿੱਚ 2 ਵਾਰ ਬੀਜੇਪੀ ਸਰਕਾਰ ਬਣ ਚੁੱਕੀ ਹੈ, 3ਜੀ ਵਾਰ ਦੇਖਣਾ ਹੋਏਗਾ ਕਿਹੜੀ ਪਾਰਟੀ ਅੱਗੇ ਆਏਗੀ, ਕਿ ਬੀਜੇਪੀ ਹੈਟ੍ਰਿਕ ਮਾਰੇਗੀ ਜਾਂ ਫਿਰ INLD ਅਤੇ BSP ਦਾ ਵੀ ਅਲਾਇੰਸ ਹੈ ਅਤੇ ਕਾਂਗਰਸ ਵੀ ਡਟੀ ਹੋਈ ਹੈ ਚੋਣ ਮੈਦਾਨ ਦੇ ਵਿੱਚ। ਆਮ ਆਦਮੀ ਪਾਰਟੀ ਵੀ ਇਸ ਵਾਰ ਇਲੈਕਸ਼ਨ ਲੜ ਰਹੀ ਹੈ ਵਿਧਾਨ ਸਭਾ ਦੇ ਹਰਿਆਣਾ ਦੇ, ਤਾਂ ਦੇਖਣਾ ਹੋਏਗਾ ਹਰਿਆਣਾ ਦੇ ਲੋਕ ਕਿਸ ਨੂੰ ਚੁਣਦੇ ਨੇ। ਤਾਂ 2 ਰਾਜਾਂ ਲਈ ਵਿਧਾਨ ਸਭਾ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਇਹ 2 ਸਟੇਟਸ ਨੇ ਹਰਿਆਣਾ ਅਤੇ ਜੰਮੂ ਕਸ਼ਮੀਰ ਜਿੱਥੇ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਦੇ ਉੱਤੇ 5 BJP ਅਤੇ 5 ਕਾਂਗਰਸ ਨੇ ਜਿੱਤੀਆਂ ਸਨ ਅਤੇ 2014 ਅਤੇ 2019 ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਲੋਕ ਸਭਾ ਸੀਟਾਂ BJP ਦੇ ਵੱਲੋਂ ਜਿੱਤੀਆਂ ਗਈਆਂ ਸਨ ਅਤੇ ਹੁਣ ਕਾਂਗਰਸ ਵੀ ਚੰਗੀ ਸਥਿਤੀ ਦੇ ਵਿੱਚ ਹੈ। ਤਾਂ ਹਰਿਆਣਾ ਦੇ ਲਈ ਹੁਣ ਵੋਟਾਂ ਪੈਣਗੀਆਂ 1 ਅਕਤੂਬਰ ਨੂੰ ਅਤੇ ਨਤੀਜਾ 4 ਅਕਤੂਬਰ ਨੂੰ ਆਏਗਾ। ਇਲੈਕਸ਼ਨਸ ਇਨ J&K ਵਿਲ ਬੀ ਹੈਲਡ ਇਨ 3 ਫੇਜ਼ਸ, ਸੋ ਦਿਸ ਇਜ਼ ਅ ਸ਼ਾਰਟਰ ਪੀਰੀਅਡ। This is a much shorter period, much shorter than even the parliamentary elections, which were 5. 20th of August, just the next day of the Amarnath Yatra being complete, the 19th, would be the date of notification for the first phase, nominations till 27th, the scrutiny on the next day 28th, and date of poll will be 18th of September. And it's a Wednesday. We are also keeping that in mind, not keeping Fridays and Mondays to give a longer holiday spell. Second phase would be on 29th of August, and the statutory period of nominations and all, poll being on 25th of September. And phase 3, nomination on 5th of September, and every voting finishing on 1st of October.
So counting would be on 4th of October and everything would be over, bind up on 6th of October.